ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਉਪਸਾ ਤੁਸੀਂ ਸਾਰਿਆਂ ਨੂੰ ਵਧੀਆ ਹੋਊਗੇ ਅਤੇ ਵੈਲਕਮ ਹੈ ਤੁਹਾਡਾ ਸਾਰਿਆਂ ਦਾ ਆਪਣੇ ਯੂਟਿਊਬ ਚੈਨਲ ਵੀਰਪਾਲ ਕੌਰ 18 'ਤੇ। ਟਾਈਮ ਹੋ ਗਿਆ 7 ਵੱਜ ਗਏ ਅਤੇ ਆਪਾਂ ਉੱਠ ਕੇ ਜਿਹੜਾ ਆਪਣਾ ਪਾਣੀ ਪੂਣੀ ਪੀਣ ਦਾ ਉਹ ਪੀ ਕੇ ਹੁਣੇ ਹਟੇ ਸੀਗੇ ਅਤੇ ਪਰ ਤਾਜ ਹੁਣ ਸਾਡੇ ਸਾਰਿਆਂ ਨਾਲੋਂ ਪਹਿਲੇ ਉੱਠ ਖੜ੍ਹਦੀ ਆ ਅਤੇ ਸਾਰਿਆਂ ਨਾਲੋਂ ਪਹਿਲੇ ਗਲਿਆਰੇ ਪਾ ਕੇ ਹਟ ਜਾਂਦੀ ਆ। ਹਟ ਜਾਣਾ ਨਾ ਉਹ ਤਾਂ ਨਹੀਂ ਨਹੀਂ ਅਜੇ ਤਾਂ ਹੈਗੇ ਆ ਕਾਇਮ ਆਪਣਾ ਕਿ ਜਾਂ ਮੁੱਕੇ ਫਿਰ ਉਹਦਾ ਰਹੂਗੀ ਅਤੇ ਫਿਰ ਕਹੂਗੀ ਦੁੱਧ ਪੀਣਾ ਅਤੇ ਸੌਣਾ ਬਸ ਐਡੀ ਕੀ ਗੱਲ ਆ। ਤਾਜ ਵਤਨ ਇੰਨਾ ਖੁਸ਼ ਕਾਹਤੋਂ ਹੋ ਗਿਆ ਤੜਕੇ ਤੜਕੇ, ਕਾਹਤੋਂ ਖੁਸ਼ ਹੋ ਗਿਆ ਸੀ ਪੁੱਤੋ, ਕਾਹਤੋਂ ਖੁਸ਼ ਹੋ ਗਈ ਜੀ ਸਾਡੀ ਖੰਡ ਮਿਸ਼ਰੀ ਜੀ, ਕਾਹਤੋਂ ਖੁਸ਼ ਹੋ ਗਈ ਜੀ? ਗੱਲਾਂ ਆਉਂਦੀਆਂ ਤੈਨੂੰ, ਗੱਲਾਂ ਆਉਂਦੀਆਂ ਸੀਗੀਆਂ, ਮਾਰ ਦੇ ਫਿਰ ਗੱਲਾਂ, ਕਿਹਦੇ ਨਾਲ ਮਾਰੇਗਾ ਗੱਲਾਂ? ਸੀਰੀਅਸ ਹੋ ਗਈ, ਲੈ ਸੀਰੀਅਸ ਹੋਈ ਪਈ ਆ। ਅਤੇ ਲਓ ਬਈ ਹੁਣ ਆਪਾਂ ਕੰਮ ਕਾਰ ਆਪਣੇ ਕਰਦੇ ਸ਼ੁਰੂ, ਬਾਹਰ ਚੱਲ ਕੇ ਦੇਖਦੇ ਹਾਂ ਭਾਬੀ ਹੋਰਾਂ ਕੀ ਕਰੀ ਜਾਂਦੀਆਂ। ਆਂਟੀ ਲਈ ਜਾਂਦੀ ਹੈ ਦੁੱਧ ਧਾਰਨ ਵਾਸਤੇ ਤੌੜੀ 'ਚ, ਅਤੇ ਉੱਧਰ ਭਾਬੀ ਦਵਿੰਦਰਪਾਲ ਕੌਰ ਅੱਜ ਰੀਲ ਪਾਈ ਸੀਗੀ, ਕਹਿੰਦੇ ਭਾਬੀ ਨੂੰ ਤਾਂ ਫਿਲਮਾਂ ਜਾਣਾ ਚਾਹੀਦਾ, ਭਾਬੀ ਲੜਾਈ ਹੁਸ਼ਿਆਰ ਆ ਹੈ, ਕਹਿੰਦੇ ਭਾਬੀ ਨੂੰ ਫਿਲਮਾਂ ਜਾਣਾ ਚਾਹੀਦਾ। ਕੀ ਰਿਵਿਊ ਆ? ਉਹ ਤਾਂ ਜਸਟ ਐਕਟ ਆ, ਉਹ ਤਾਂ ਹੁਣ ਉਹ ਸਾਨੂੰ ਲੜਾਈ ਜਾਂ ਹਾਸੀ ਪਤਾ ਕਿੰਨੀ ਨਿਕਲੀ ਸਾਡੀ, ਗੱਲ ਸੁਣ ਬਿਹਾਈਂਡ ਦਾ ਸੀਨ ਦੇਖਣ ਵਾਲੇ ਆ ਨਾ ਆਪਣੇ। ਇੰਨੀ ਹਾਸੀ ਨਿਕਲਦੀ ਸੀਗੀ ਬਈ, ਫਿਰ ਕਹਿੰਦੀ ਹੁਣ ਤਾਂ ਕੀ ਹੈ ਚੁਬੀ ਮਰ ਗਈ। ਬਿਹਾਈਂਡ ਦਾ ਸੀਨ ਸੱਚ, ਕੱਲ੍ਹ ਬੱਬੂ ਨੇ ਥੋੜ੍ਹੇ ਜਿਹੇ ਤਾਂ ਸ਼ੂਟ ਵੀ ਕੀਤੇ ਸੀਗੇ, ਬਟ ਜੇ ਆਪਣੇ ਕੋਲ ਇੱਕ ਅੱਧਾ ਫੋਨ ਹੋਰ ਹੋਵੇ ਨਾ ਰੀਲ ਬਣਾਉਂਦੇ ਬਣਾਉਂਦੇ ਤਾਂ ਬਿਹਾਈਂਡ ਦਾ ਸ਼ੂਟ ਜਿਹੜੇ ਸੀਨ ਸ਼ੂਟ ਕਰਨੇ ਹੋਣ ਵਾਲੀ ਹਾਸੀ ਨਿਕਲਦੀ ਆ। ਹਾਂ ਵੈਸੇ ਰੀਲ ਬਣਾਉਣਾ ਉਹਦਾ ਜੇ ਦੇਖਿਆ ਜਾਵੇ ਤਾਂ ਜਿਵੇਂ ਨੋਰਮਲ ਗੱਲਾਂ ਕਰਦੇ ਹਾਂ ਇਹ ਤਾਂ ਸੌਖੀਆਂ ਲੱਗਦੀਆਂ, ਪਰ ਜਦੋਂ ਆਪਾਂ ਇੱਕ ਕੈਮਰੇ ਸਾਹਮਣੇ ਕੋਈ ਨਾ ਕੋਈ ਡਾਇਲੋਗ ਬੋਲਣਾ ਹੁੰਦਾ ਨਾ ਫਿਰ ਥੋੜ੍ਹਾ ਜਿਹਾ ਔਖਾ ਲੱਗਦਾ ਹੁੰਦਾ। ਅਤੇ ਬਾਕੀ ਹੋਰ ਤਾਂ ਕੋਈ ਗੱਲਬਾਤ ਨਹੀਂ, ਬਸ ਆਪਾਂ ਹੁਣ ਆਪਣੇ ਕੰਮ ਕਾਰ ਆ ਜਿਹੜੇ ਨਿਬੇੜਦੇ ਹਾਂ ਅਤੇ ਅੱਜ ਆਪਾਂ ਜਾਣਾ, ਜੇ ਉੱਥੇ ਵਲੋਗ ਸ਼ੂਟ ਕੀਤਾ ਤਾਂ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ, ਜੇ ਨਾ ਕੀਤਾ ਤਾਂ ਬਸ ਫਿਰ ਘਰੇ ਆ ਕੇ ਵਲੋਗ ਨੂੰ ਕੰਟੀਨਿਊ ਕਰਾਂਗੇ। ਹਜੇ ਜਾਣ ਦਾ ਪਲਾਨ ਹੈ ਨਹੀਂ, ਪਤਾ ਨਹੀਂ ਕਿਹੜਾ ਕਿਹੜਾ ਜਾਊਗਾ, ਇਹਨੂੰ ਤਾਂ ਲੈ ਕੇ ਨਹੀਂ ਜਾਣਾ, ਜਿਹੜੀ ਬਾਹਲੀ ਖੋਜੀ ਹੁੰਦੀ ਉਹ ਬੰਦੇ ਨੂੰ ਤਾਂ ਅਸੀਂ ਲੈ ਕੇ ਨਹੀਂ ਜਾਣਾ ਹੁੰਦਾ। ਦੇਖੀ ਬੂ ਜਿਹੜਾ ਬਾਹਲਾ ਖੋਜਿਆ ਸੀ ਉਹਨੂੰ ਨਹੀਂ ਲੈ ਕੇ ਜਾਣਾ। ਮੈਂ ਤਾਂ ਜਾਊਂਗੀ, ਰੀਲ ਦਿਖਾਈ ਸੱਚ ਕਿਹੜੀ ਸੀਗੀ ਮਾੜੀ ਜਿਹੜੀ ਤੇ ਕਮੈਂਟ ਆਇਆ ਸੀਗਾ, ਇੱਕ ਮਿੰਟ ਤੋ ਰੀਲ ਦਿਖਾਉਣੀ। ਚੁਬੀ ਦੀ ਲਾਸ਼ ਭਾਬੀ, ਜਿਹੜਾ ਮੇਨ ਵਰਡ ਹੁੰਦਾ ਨਾ ਉਹ ਖਾ ਜਾਂਦੀ ਆ। ਹਾਂ ਉਹਦੇ ਤੇ ਸਟ੍ਰੈਸ ਪਾਉਣਾ ਚਾਹੀਦਾ ਹੁੰਦਾ ਵੀ, ਮਤਲਬ ਆਪਾਂ ਦੱਸੀਏ ਉਦਨ ਨੀ ਜਿਹੜੀ ਆਪਾਂ ਵੀਡੀਓ ਬਣਾਈ ਸੀਗੀ ਵੀਰਪਾਲ, ਵੀਰਪਾਲ ਕੀ ਹੋ ਗਿਆ ਕੀ ਹੋ ਗਿਆ, 11:30 ਹੋ ਗਏ, 11:30 ਤਾਂ ਸੁਣੇ ਨੀ ਵੀਰਪਾਲ, ਵੀਰਪਾਲ ਹੀ ਸੁਣੇਗਾ। ਹੁਣ ਆਪਾਂ ਇਹ ਚੀਜ਼ ਤੇ ਫੋਕਸ ਕਰਨਾ, ਤਾਂ ਜੇ ਤੈਨੂੰ ਫੋਕਸ ਕਰਨਾ ਨਾ ਪੁੱਤੂ, ਲੈ 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 ਸੀਰੀਅਸ ਹੋ ਗਈ। ਜੀਪੂ ਜੀ ਭੂ ਜੀ ਭਾਜੀ ਨਹੀਂ ਕਹਿਣਾ, ਭੂ ਹੀ ਕਿਆ ਕਰਨਾ ਆਪਾਂ ਤਾਂ ਸਿੱਧਾ, ਭੂਆ ਜੀ ਕਿਆ ਕਰਨਾ ਨਾ ਤਾਂ ਤੈਨੂੰ। ਸਾਰੇ ਆਪੋ ਆਪਣੇ ਕੰਮ ਨਿਬੇੜਨ ਲੱਗ ਗਏ ਅਤੇ ਆਪਾਂ ਵੀ ਕੰਮ ਕੁੰਮ ਨਿਬੇੜ ਗਏ, ਬੱਬੂ ਨੂੰ ਤਾਂ ਤਾਜ ਵਤਨ ਫੜਾਤੀ ਦੀ, ਇਹਦਾ ਕੰਮ ਰੋਕ ਜੇ ਝਾੜੂ ਮਾਰਨ ਵਾਲਾ, ਮੇਰੇ ਕੱਪੜੇ ਮਸ਼ੀਨ 'ਚ ਪਾਏ ਪਏ, ਆਪਾਂ ਬਸ ਜਾ ਕੇ ਕੱਢਦੇ ਹਾਂ ਕੱਪੜੇ, ਬਾਹਰ ਪਾ ਕੇ ਆਉਣੇ ਆ, ਤਾਜ ਨੂੰ ਸਾਂਭ ਕੇ ਆਉਣੇ ਆ। ਲੋ ਵੀ ਫਿਰ ਆਪਾਂ ਹੁਣ ਫੋਨ ਲਾਉਣੇ ਚਾਰ ਤੇ, ਫਿਰ ਆਪਾਂ ਚੱਲਦੇ ਹਾਂ ਦਿਲ ਖੁਸ਼ਰ ਗਿਆ ਨੂੰ ਪਾਣੀ ਫੜਾਉਣ। ਫੋਨ ਉਹਨਾਂ ਦਾ 2 ਵਾਰੀ ਆ ਗਿਆ, ਕਹਿੰਦੇ ਪਾਣੀ ਫੜਾ ਦਿਓ, ਪਾਣੀ ਫੜਾ ਦਿਓ, ਅਤੇ ਮੈਨੂੰ ਤਾਂ ਬਾਹਣ ਵੇਚ ਜਾਣਾ ਪਊਗਾ, ਇੱਧਰ ਦੀ ਜਾਣਾ, ਇੱਧਰ ਦੀ ਆ ਜਾ, ਆਪੇ ਫੜ ਕੇ ਲੈ ਜਾਵਾਂਗੇ, ਮੈਂ ਤਾਂ ਕੰਮ ਵੀ ਕਰਨਾ, ਤੁਹਾਨੂੰ ਪਤਾ ਘਰੇ ਆ ਕੇ ਅੱਜ ਕਰਨੇ ਮੈਂ, ਮੰਨਣ 'ਤੇ ਵੀ ਜਾਣਾ।
ਮੈਂ ਤਾਂ ਸੋਚਦੇ ਹਾਂ ਹਜੇ ਵੀ ਕਿਹੜਾ ਕਿਹੜਾ ਜਾਊਗਾ, ਮੈਂ ਤਾਂ ਆਂਟੀ ਜਾਣਾ, ਮੈਂ ਤਾਂ ਮੰਮੀ ਜਾਣਾ, ਕਿ ਤਿੰਨੇ ਜਣੀਆਂ ਜਾਣਾ, ਹਜੇ ਸੋਚਣਾ ਉਹ ਕਰਦੇ ਆ। ਗੰਢਿਆਂ 'ਚ ਡੈਡੀ ਨੇ ਕਾਕਤਾ ਕੱਢਤੇ ਸੀਗੇ, ਹੁਣ ਦੇਖੋ ਮੈਂ ਪੁੱਛਦੀ ਹਾਂ ਜਾ ਕੇ ਵੀ ਕੀ ਲਾਈ ਜਾਂਦੇ ਹੋ ਤੁਸੀਂ। ਪਹਿਲਾਂ ਪਹੁੰਚਦੇ ਸਾਦਾ ਤਾਂ ਪਾਣੀ ਲੈ ਕੇ, ਗਰਮੀ ਬਹੁਤ ਨਜਾਇਜ਼ ਹੋਈ ਪਈ ਆ, ਪਰਛਾਈ ਦੇਖੋ। ਮੇਰੇ ਹਿਸਾਬ ਨਾਲ ਗੋਭੀ ਵੀ ਲਾਤੀ ਡੈਡੀ ਨੇ, ਉਹ ਲਾਤੀ ਖਾਲੇ ਅਤੇ ਗੋਭੀ, ਉਹ ਆਪਣੇ ਪਿਆਜ਼ ਲੱਗੇ ਪਏ ਆ ਤਾਂ ਮਿਰਚਾਂ ਹੀ ਸੀਗੀਆਂ। ਹੁਣ ਦਿਲ ਕੁਛ ਆਉਂਦਾ ਨੇੜੇ ਉਹਨੂੰ ਪੁੱਛਦੇ ਵੀ ਕੀ ਲਾਈ ਜਾਂਦੇ ਹੋ ਤੁਸੀਂ, ਕਾਹਦੇ ਕਾਹਦੇ ਵੀ ਅੱਜ ਕਾਹਦੇ ਕਾਹਦੇ ਬੀਜ ਲਾਈ ਜਾਂਦੇ ਆ, ਹੈਂ ਦੇਖੋ। ਅੱਛਾ ਤੇ ਫਿਰ ਮੂਲੀਆਂ ਕੱਲ ਨੂੰ ਲਾਵਾਂਗੇ, ਨਹੀਂ ਨਾਲੇ ਕਹਿੰਦੇ ਜਾਣਾ, ਨਹੀਂ ਜਾਣਾ ਅੱਜ, ਕੈਂਸਲ ਕਰਤਾ। ਹਾਂ ਹੁਣ ਦੋ ਤਿੰਨ ਦਿਨ ਕੈਂਸਲ ਹੀ ਆ, ਹਜੇ ਵਰਕ ਵਾਲੇ ਕੋਲ ਬਹੁਤ ਕਸ ਪਿਆ, ਹਜੇ ਵਰਕ ਵਾਲੇ ਸ਼ੁਰੂ ਨਹੀਂ ਕੀਤੇ ਉਹਨੇ, ਫਿਰ ਜਦੋਂ ਉਹਨੇ ਸ਼ੁਰੂ ਕਰਤੇ ਫਿਰ ਹੀ ਹੋਰ ਸੂਟ ਲੈ ਕੇ ਦੇ ਕੇ ਆਵਾਂਗੇ। ਚਲੋ ਪਹੁੰਚੋ, ਆਹ ਗੋਭੀ ਲਾਤੀ ਤੇ ਉਹ ਕੀ ਹੈ ਬਟ, ਹੈਂ ਇਹ ਤਾਂ ਗੋਭੀ ਲਾਤੀ। ਅੱਛਾ ਆਹ ਸਾਗ ਆ, ਨਾਲੇ ਕਹਿੰਦੇ ਮੀਂਹ ਨਾਲ ਮਰ ਗਿਆ ਜੀ ਸਾਗ, ਸਾਗ ਸੱਚ ਸਾਗ ਕਹੀ ਜਾਂਦੀ ਹੈ। ਡੈਡੀ ਹੌਲੀ ਹੌਲੀ ਲਾਉਂਦੇ ਆ ਕਿਉਂਕਿ ਦਿਲ ਕੁਛ ਹਿਸਾਬ ਘੱਟ ਆ ਅਤੇ ਵੱਟਾਂ 'ਤੇ, ਡੈਡੀ ਹੌਲੀ ਹੌਲੀ ਲਾਉਂਦੇ ਆ, ਹਿਸਾਬ ਹੋਵੇ ਵੀ ਪਰ ਡੈਡੀ ਨੂੰ ਯਕੀਨ ਨਹੀਂ ਹੁੰਦਾ। ਜੇ ਅਸੀਂ ਵੀ ਕੁਛ ਲਾਉਣ ਲੱਗ ਜਾਈਏ ਤਾਂ ਡੈਡੀ ਨੂੰ ਐਂ ਹੁੰਦਾ ਵੀ ਮੈਂ ਪਿੱਛੇ ਕੱਢ ਕੇ ਦੇਖ ਹੀ ਚੱਲਾਂ ਵੀ ਇਹ ਸਹੀ ਲਾਉਂਦੇ ਆ ਕਿ ਗਲਤ, ਆਈ ਮੂਲੀਆਂ ਵਾਲੀਆਂ ਲੈਣਾ 'ਚ ਹੁੰਦਾ, ਲਾਉਣੇ ਹੈਗੇ ਆ ਕਿੱਦਾਂ ਦੇ ਅਸੀਂ ਤਾਂ ਲਾਉਣੇ ਆ, ਹੁਣ ਸਾਨੂੰ ਪਤਾ ਹੁੰਦਾ, ਪਰ ਡੈਡੀ ਨੇ ਫਿਰ ਵੀ ਜਦੋਂ ਅਸੀਂ ਲੱਗਣਾ ਹੁੰਦਾ ਅਤੇ ਜਦੋਂ ਵਿਚਾਲੇ ਜਿਹੇ ਹੁੰਦਾ ਡੈਡੀ ਨੇ ਸਮਝਾਉਣਾ ਹੁੰਦਾ, ਦੋ ਉਂਗਲਾਂ ਚਾਰ ਉਂਗਲਾਂ ਛੱਡ ਕੇ ਲਾਉਣਾ, ਦੋ ਉਂਗਲਾਂ ਛੱਡ ਕੇ ਵੀ ਲਾਉਣਾ, ਡੈਡੀ ਨੂੰ ਐਂ ਹੁੰਦਾ। ਹੁਣ ਆਪਾਂ ਪਤਾ ਕੀ ਹੈ, ਉਹ ਤਾਂ ਆਪਾਂ ਮੂਲੀਆਂ ਲਾਤੀਆਂ, ਹੁਣ ਆਪਾਂ ਆਹ ਵਾਹਣਾ ਜਿਹੜਾ ਇਹ ਵੀ ਮੂਲੀਆਂ ਨੇ ਭਰ ਦੇਣਾ, ਫਿਰ ਵਾਹਣ 'ਚ ਰੌਣਕ ਲੱਗੂ, ਫਿਰ ਸਾਡਾ ਜੀਜਾ ਲੱਗਣ ਲੱਗੂਗਾ ਵੀ ਹਾਂ ਵਾਕਈ, ਕਿਉਂਕਿ ਹੁਣ ਜਦੋਂ ਸਬਜ਼ੀ ਲੱਗ ਗਈ ਫਿਰ ਸਬਜ਼ੀ ਪੱਟ ਕੇ ਧੋਇਆ ਧੋਏ ਕਰਾਂਗੇ, ਵੱਡਿਆ ਕਰਾਂਗੇ, ਮਤਲਬ ਡੈਡੀ ਵਰਗੇ ਵੱਡਿਆ ਕਰਨਗੇ। ਚੱਲ ਅਸੀਂ ਤਾਂ ਮਤਲਬ ਮੂਲੀਆਂ ਵਾਲੀਆਂ ਧੋਣ 'ਚ ਹੀ ਹੁੰਦੇ ਹਾਂ, ਵੀ ਫਿਰ ਵੀ ਐਂ ਜਿਹਾ ਲੱਗਦਾ ਵੀ ਚੱਲ ਕੰਮ ਕਾਰ ਕਰਨ ਲੱਗ ਗਏ ਹੈ ਨਾ, ਅਤੇ ਜਦੋਂ ਨੂੰ ਆਪਣੇ ਆਹ ਚੱਲਣੇ ਉਦੋਂ ਨੂੰ ਆਪਣਾ ਵਿਆਹ ਦਾ ਕੰਮ ਸ਼ੁਰੂ ਹੋ ਜਾਣਾ, ਫਿਰ ਸਾਰਾ ਆਪਣਾ ਦਿਨ ਹੈਕਟਿਕ ਜਾਇਆ ਜਾ ਕਰੂਗਾ। ਫਿਰ ਅਜੇ ਮੰਡੀ ਗਈ ਨਹੀਂ ਆ, ਜੇ ਬਠਿੰਡੇ ਵੀ ਜਾਇਆ ਕਰਾਂਗੇ ਜਾਂ ਮੰਡੀ ਵੀ ਜਾਇਆ ਕਰਾਂਗੇ, ਫਿਰ ਆਪਾਂ ਨੂੰ ਐਂ ਹੋਇਆ ਕਰੂਗਾ ਵੀ ਫਟਾਫਟ ਘਰ ਚੱਲ ਕੇ ਜਾ ਕੇ ਮੂਲੀਆਂ ਵੀ ਪੱਟਣਗਾ। ਹੁਣ ਆਪਾਂ ਵਿਹਲੇ ਹਾਂ, ਹੁਣ ਆਪਾਂ ਨੂੰ ਕੋਈ ਕੰਮ ਨਹੀਂ, ਨਾ ਤਾਂ ਹੁਣ ਆਪਾਂ ਨੂੰ ਵਿਆਹ ਦਾ ਹੀ ਅਜੇ ਕੰਮ ਆ ਅਤੇ ਨਾ ਹੀ ਅਜੇ ਸਬਜ਼ੀ ਦਾ ਕੰਮ ਆ, ਫਿਰ ਦੋਨੇ ਕੰਮ ਆ ਜਿਹੜੇ ਇਕੱਠੇ ਚੱਲ ਪੈਣਗੇ, ਫਿਰ ਵਾਲਾ ਕੰਮ ਖਰਾਬ ਹੋ ਜੂਗਾ। ਚਲੋ ਵੀ ਹੁਣ ਆਪਾਂ ਪਹੁੰਚ ਗਏ ਘਰੇ ਅਤੇ ਜਾ ਕੇ ਲਾਉਣੇ ਆ ਪੋਚਾ, ਅਤੇ ਤਾਜਵਤਨ ਹੁਣੇ ਸਮਾਇਆ ਸੀ ਬਈ, ਤਾਜਵਤਨ ਪਤਾ ਕੀ ਹੋਇਆ, ਅਮਰਿੰਦਰ ਪਾਣੀ ਪੀਣ ਲੱਗ ਗਈ ਅਤੇ ਤਾਜਵਤਨ ਵੀ ਭੁੱਖ ਲੱਗੀ ਸੀਗੀ, ਜਦੋਂ ਅਮਰਿੰਦਰ ਨੇ ਪਾਣੀ ਵਾਲੀ ਬੋਤਲ ਮੂੰਹ ਨੂੰ ਲਾਈ ਤਾਜਵਤਨ ਚੱਕ ਦਿੰਦਾ ਚੀਕਾਂ ਵੀ ਮੈਂ ਤਾਂ ਰਹਿ ਗਈ, ਇਹਨੇ ਤਾਂ ਪਾਣੀ ਪੀ ਵੀ ਲਿਆ, ਅਤੇ ਹੁਣ ਸੁੱਤੀ ਆ ਮੌਜਾਂ ਨਾਲ ਚੌਧਰੀ ਬਣ ਕੇ, ਅਤੇ ਹੁਣ ਬਸ ਆਪਾਂ ਵੀ ਆਪਦੇ ਕੰਮ ਕਰ ਆ ਜਿਹੜੇ ਨਿਬੇੜਦੇ ਹਾਂ। ਆਹ ਤਾਜਵਤਨ ਦੀ ਜੋ ਸ਼ਰਟ ਪਾਉਣੀ ਹੁੰਦੀ ਹੈ ਤਾਜੇ, ਤੰਗ ਹੋਈ ਪਈ ਆ ਪੂਰੀ ਬਾਂਹ ਨਿਕਲ ਆਉਂਦੀ ਬੱਬੂ ਤੋਂ, ਪੁੱਟ ਦੇਖ ਲਾ ਢਿੱਡੀ 'ਤੇ ਸੀਸੇ ਲੋਡ ਕਰਾਈ ਗਿਆ, ਹੁਣ ਆਂਟੀ ਨੂੰ ਕਹਿੰਦਾ ਦਬਾ ਦਬਾ ਬਾਰੀ ਬੰਦ ਕਰ ਵੀ ਚੱਲ ਗਏ ਚੱਲ ਗਏ, ਤੇ ਹੁਣ ਅਜੇ ਪਤਾ ਨੀ ਲੱਗਦਾ ਵੀ ਉਹ ਕੀ ਕਹਿੰਦੇ ਵਾਈਪਰ ਇਹ ਰਹਿ ਗਿਆ। ਚਲੋ ਬਈ ਤੇ ਹੁਣ ਆਪਾਂ ਚੱਲਦੇ ਹਾਂ ਫਾਈਨਲੀ, ਤੇ ਭਾਬੀ ਚੱਲੀਏ ਟੈਸਟ ਕਰਾਉਣ, ਇਹ ਕੋਈ ਟੈਸਟ ਟੁਸਟ ਕਰਾਉਣਾ ਉਹਦੇ ਭਾਬੀ ਦੇ ਹੱਥ ਪੈਰ ਜੇ ਸੁਣਨ ਹੁੰਦੇ ਸੀਗੇ ਤਾਂ ਕਰਕੇ, ਅਤੇ ਦਰਕ ਚੜ ਕੇ ਟੈਸਟ ਕਰਾਏ ਆਉਣਗੇ, ਅਤੇ ਫਿਰ ਜਦੋਂ ਆਪਾਂ ਵਿਹਲੀਆਂ ਹੋਊਗਾ ਤਾਂ ਆਪਾਂ ਕਰ ਦਿਆਂਗੇ ਫੋਨ, ਅਤੇ ਤਾਜੂ ਨਾਲ ਲੈ ਕੇ ਚੱਲੇ ਹਾਂ। ਤਾਜੂ ਜਾਊਗੀ ਨਾਲ? ਨਹੀਂ ਤੁਹਾਡੇ ਨਾਲ ਜਾਊਗੀ, ਉਹ ਫਿਰ ਤੁਹਾਡੇ ਨਾਲ ਤਾਂ ਜਾਊਗੀ ਬੱਬੂ ਨਾਲ ਨੂੰ ਲਊਗੀ। ਚਲੋ ਹੋਰ ਮਸਾਂ ਮਸਾਂ ਨਹੀਂ ਲੈ ਕੇ ਜਾਣਾ ਤਾਜੂ, ਤਾਜੂ ਉੱਤਰ ਜਾਵੇ, ਤੇਰੀ ਬੇਇੱਜ਼ਤੀ ਕਰਕੇ ਲੈ ਜਾਂਦੇ ਸਾਰੇ, ਤਾਜੂ ਉੱਤਰ ਜਾਵੇ।
ਨਹੀਂ ਨੇਮੀ ਦੀ ਸੀ ਲਓ ਵੀ ਨਿੰਮ ਬੰਨ ਕੇ ਸਾਰੀਆਂ ਚੱਲੀਆਂ ਹੁਣ ਫੇਰ ਤੋਂ ਰਮਣੇ ਕੇ ਘਰੇ ਲੈ ਕੇ ਭੂਜੀਏ ਬਦਾਨੇ ਦੀਆਂ ਕੌਲੀਆਂ ਆਹ ਕੋਈ ਤਾਂ ਸ਼ਾਰਟ ਗੇਟ ਹੀ ਚੱਲਣਗੀਆਂ ਤੇ ਕੋਈ ਵੱਡੇ ਗੇਟ ਚੱਲਣਗੀਆਂ ਆਪਾਂ ਇੱਧਰ ਨਹੀਂ ਚੱਲ ਗਏ ਆਪਾਂ ਵੀ ਚਲੋ ਇੱਧਰ ਹੀ ਆ ਜਾਓ ਸਾਰੇ ਲੋ ਬਈ ਟਾਈਮ ਹੋ ਗਿਆ 1:22 ਤੇ ਅਸੀਂ ਮੈਂ ਤੇ ਆਂਟੀ ਕਹਿੰਦਾ ਸੀ 10:30 ਤੇ ਘਰੋਂ ਤੇ ਆਪਾਂ ਮੰਡੀ 'ਚ ਆਹੀ ਕੰਮ ਕਾਰ ਕਰਦੇ ਸੀਗੇ ਡੈਡੀ ਨੇ ਸਬਜ਼ੀਆਂ ਲੈਣੀਆਂ ਸੀ ਉਹ ਵੀ ਲੈਣੀਆਂ ਸੌਦਾ ਲੈ ਕੇ ਆਉਣਾ ਸੀ ਉਹ ਵੀ ਲਿਆਂਦਾ ਤੇ ਤਾਈ ਵਾ ਤੈਨੂੰ ਸਮਾਉਣਾ ਸੀ ਉਹ ਸੁੱਤੀ ਨਹੀਂ ਤੇ ਹੁਣ ਥੋੜ੍ਹਾ ਜਿਹਾ ਬੈਂਕ 'ਚ ਕੰਮ ਸੀਗੇ ਡੈਡੀ ਉੱਧਰ ਕਾਗਜ਼ ਪੱਤਰ 'ਚ ਫੰਡ ਗਏ ਵੇ ਆ ਮੈਂ ਸੋਚਿਆ ਚਲੋ ਆਪਾਂ ਵਲੋਗ ਦੀ ਕਲਿੱਪ ਲੈ ਲਈਏ ਵੈਸੇ ਇੱਕ ਭੈਣ ਦਾ ਇੱਕ ਦਿਨ ਮੈਸੇਜ ਆਇਆ ਸੀ ਕਹਿੰਦੇ ਤੁਸੀਂ ਸਾਰਾ ਵਲੋਗ ਕਾਰ 'ਚ ਹੀ ਸ਼ੂਟ ਕਰਤਾ ਬਈ ਜਦੋਂ ਆਪਾਂ ਨੂੰ ਕੰਮ ਹੀ ਕਾਰ 'ਚ ਸੀਗਾ ਫਿਰ ਆਪਾਂ ਕਾਰ 'ਚ ਹੀ ਸ਼ੂਟ ਕਰਤਾ ਫਿਰ ਜੇ ਨਾ ਵਲੋਗ ਸ਼ੂਟ ਕਰਦੇ ਫਿਰ ਹੱਥ ਨੇ ਤੁਹਾਨੂੰ ਕੀ ਗੱਲਬਾਤ ਸੁਣਾਉਂਦੀ ਤਾਜ ਵਧਣ ਪੁੱਤੂ ਆ ਸੀ ਪੂਈ ਮੇਰੇ ਨੇ ਤਾਂ ਚੱਕਣਾ ਨੀ ਹੁੰਦਾ ਨਾ ਮੈਂ ਇੰਨੀ ਹਾਸੀ ਬਾਬੂ ਦੇ ਉਹਦੀ ਦੇਖੀ ਲਾਲਾਂ ਕਿੱਥੋਂ ਤਾਈ ਆਈ ਪੰਗਾ ਵਿਚਾਰੀ ਦੇ ਹੈ ਬਾਬੂ ਮੈਂ ਕਿਹਾ ਜਦੋਂ ਤਾਜ ਵਧਣ ਨੇ ਵੱਡੀ ਹੋਣਾ ਉਦੋਂ ਮੈਂ ਹੀ ਇਹਦੇ ਕੋਲੇ ਹੋਣਾ ਫਿਰ ਮੈਂ ਹੀ ਕਹਿ ਲੂੰਗੀ ਕਿਹੜੀ ਭੂਆ ਦਾ ਮੂੰਹ ਆਉਂਦਾ ਪੀਤੇ ਭੂਆ ਦਾ ਆਈ ਸਿਖਾਉਣਾ ਤਾਜ ਵਧਣ ਤੈਨੂੰ ਪੁੱਠੀਆਂ ਵਹਿਬ ਤਾਂ ਹੀ ਸਿਖਾਉਣੀਆਂ ਤਾਜ ਵਧਣ ਕਿਹੜੀ ਭੂਆ ਦਾ ਮੂੰਹ ਆਉਂਦਾ ਇੱਕ ਦਿਨ ਮੈਂ ਹੋਰ ਗੱਲ ਸੁਣਾਉਣੀ ਆ ਡੈਡੀ ਲੈ ਆਏ ਪੁੱਠੇ ਪਾਸੇ ਦੀ ਗੱਡੀ ਤੇ ਦਿਲਕੋ ਦਾ ਫੋਨ ਆਇਆ ਦਿਲਕੋ ਦਾ ਫੋਨ ਪਤਾ ਕਿਵੇਂ ਆਇਆ ਹੈਲੋ ਪੀਤੇ ਕਿੱਥੇ ਆ ਤੁਸੀਂ ਮੈਂ ਕਿਹਾ ਅਸੀਂ ਮੰਡੀ ਆ ਤੇ ਤੁਸੀਂ ਆਉਣਾ ਨੀ ਮੈਂ ਕਿਹਾ ਹੁਣ ਤਾਂ ਡੈਡੀ ਲੈਣ ਆਏ ਵੇ ਆ ਕਹਿੰਦਾ ਡੈਡੀ ਗੱਡੀ ਕਿੱਧਰ ਦੀ ਲੈ ਕੇ ਆਏ ਆ ਮੈਂ ਕਿਹਾ ਤੇ ਗੱਲ ਤਾਂ ਸਰ ਮੈਂ ਉਹੀ ਸਾਰੇ ਦੱਸਦੀ ਆ ਮੈਂ ਤੈਨੂੰ ਤੇ ਮੈਂ ਕਿਹਾ ਵੀ ਦੂਜਾ ਗੱਡੀ ਤੇ ਤੂੰ ਕੰਮ ਦੱਸ ਮੈਂ ਕਿਹਾ ਮੈਨੂੰ ਤਾਂ ਕੰਮ ਤਾਂ ਕੋਈ ਨਹੀਂ ਮੈਂ ਫਿਰ ਘੱਟ ਫੋਨ ਮੈਂ ਕਿਹਾ ਅਸੀਂ ਆਪੇ ਘਰੇ ਆ ਜਾਵਾਂਗੇ ਤੇ ਮੈਂ ਆਂਟੀ ਹਰਿਆਂ ਨੂੰ ਕੱਟ ਕੇ ਫੋਨ ਮੈਂ ਕਿਹਾ ਜੇ ਦਿਲ ਕੋਈ ਦਾ ਸਟਾਫ ਨਹੀਂ ਪਰੇ ਗਏ ਕਹਿੰਦੇ ਕਿਉਂ ਕੀ ਹੋ ਗਿਆ ਇਹ ਤਾਂ ਉਲਝੇ ਕਦੋਂ ਨੇਣਗਾ ਮੈਂ ਕਿਹਾ ਦਿਲ ਕੋ ਕਹਿੰਦਾ ਮੈਨੂੰ ਐ ਦੱਸੋ ਗੱਡੀ ਲੈ ਕੇ ਕਿੱਧਰ ਦੀ ਆਏ ਤੇ ਉਧਰ ਹੁਣ ਅਸੀਂ ਐਂ ਡਰੀ ਜਾਂਦੇ ਹਾਂ ਵੀ ਜੇ ਅਸੀਂ ਗੱਡੀ ਕਢਾਤੀ ਵੀ ਫਿਰ ਵੀ ਲੜੂਗਾ ਜੇ ਆਪਾਂ ਪਾਣੀ ਥੱਲੇ ਮਤਲਬ ਪ੍ਰੈਸ਼ਰ ਮਾਰਤਾ ਗੱਡੀ ਤੇ
ਵੀ ਫਿਰ ਸਾਨੂੰ ਸਾਫ਼ ਵੀ ਕਰਨਾ ਪਊਗਾ ਸਭ ਸੁੱਕੇ ਕੱਪੜੇ ਨਾਲ, ਅਤੇ ਜੇ ਅਸੀਂ ਸੁੱਕੇ ਕੱਪੜੇ ਨਾਲ ਹੀ ਝਾੜਨ ਲੱਗ ਗਏ ਫਿਰ ਉਹ ਕਹੂਗਾ ਸਕਰੈਚ ਪਾਤੇ, ਹੁਣ ਇਹ ਤਾਂ ਸਾਰੇ ਪਾਲਿਆਂ ਤੋਂ ਡਰਦੇ ਆ ਹੁਣ ਕਰਗੇ ਗਏ ਜਿਹੜਾ ਬੰਦਾ ਕਰੇ, ਜਿਵੇਂ ਹੁਣ ਅਸੀਂ ਪੋਚਾ ਲਾਉਣੀਆਂ ਪੋਚੇ ਪਿੱਛੇ ਅਸੀਂ ਲੜ ਸਕਦੇ, ਹੁਣ ਉਹ ਥੋੜੀ ਲੜਨਗੇ, ਕੋਈ ਵੀ ਘਰ ਦਾ ਮੈਂਬਰ ਨੀ ਲੜੂਗਾ, ਮੈਂ ਹੀ ਲੜੂੰਗੀ, ਤੇ ਹੁਣ ਜੇ ਗੱਡੀ ਉਹ ਧੋਣਾ ਤਾਂ ਉਹੀ ਲੜੂਗਾ, ਪਰ ਹੁਣ ਅਸੀਂ ਦੁਬਧਾ ਚ ਫਸੇ ਪਏ ਆ ਵੀ ਗੱਡੀ ਨੂੰ ਧੋਤੀ ਜਾਵੇ, ਫਿਰ ਜੇ ਧੋਵਾਂਗੇ ਤਾਂ ਸੁਕਾਉਣੀ ਵੀ ਪਊਗੀ, ਘੇਰਾ ਤਾਂ ਉਹਦਾ ਰੌਲਾ ਸੁਣਨਾ ਹੀ ਪਊਗਾ, ਮੈਨੂੰ ਵੀ ਲੱਗਦਾ ਖੁਦ ਧੋਤੀ ਲੱਗੋ ਜੀ, ਮੈਂ ਤਾਂ ਕੱਲ ਧੋਤੀ ਸੀਗੀ, ਤੇ ਅਸੀਂ ਉਹਨੂੰ ਕਹਾਂਗੇ ਵੀ ਹੱਥ ਨੇ ਅਸੀਂ ਗੱਡੀ ਧੋ ਦਾਂਗੇ ਤੇਰੀ ਤੇ ਤੂੰ ਸਾਡਾ ਹਜਾਣ ਲਾ, ਵੈਸੇ ਮੈਂ ਜੇ ਮੇਥੋਂ ਵਲੌਗ ਰਿਕਾਰਡ ਹੋਇਆ ਤਾਂ ਮੈਂ ਜ਼ਰੂਰ ਕਰੂੰਗੀ, ਪਤਾ ਨਹੀਂ ਤੁਹਾਡੀ ਦੋਨਾਂ ਭੈਣ ਭਰਾਵਾਂ ਦੀ ਲੜਾਈ ਹੋ ਜਾਊਗੀ, ਮੈਂ ਉਹੀ ਕਹਿੰਦੀ ਬੱਬੂ ਆਏ ਨੀ, ਮੈਂ ਤਾਂ ਸੁੱਤਾ ਉੱਠ ਕੇ ਪਹਿਲਾਂ ਗੱਡੀ ਦੇਖਣੀ ਆ ਜੇ, ਬਾਕੀ ਦੇਖੋ ਲੜਾਈ ਵੀ ਹੋ ਸਕਦੀ ਹੈ ਜੇ ਲੜਾਈ ਹੋਈ, ਮੈਂ ਰਿਕਾਰਡ ਜ਼ਰੂਰ ਕਰਨਾ ਜੇ ਦਿਲਕੋ ਨੇ ਸਾਡਾ ਹਜਾ ਲਾਇਆ ਗੱਡੀ ਪਿੱਛੇ, ਫਿਰ ਤੁਹਾਨੂੰ ਵਾਕਈ ਪਤਾ ਲੱਗ ਜੂ ਵਾਕਈ ਉਹ ਗੱਡੀ ਨੂੰ ਲੜਦਾ ਕਿ ਨਹੀਂ ਲੜਦਾ, ਲੋ ਬਈ ਤਾਜੂ ਹੁਣ ਸਾਰ ਹਾਂ ਜਾਣਾ ਹੀ ਸੀ ਬਈ, ਪ੍ਰੋਗਰਾਮ ਤਾਂ ਦੇਖਣਾ ਹੀ ਹੁੰਦਾ, ਦੇਖਦਾ ਸਹੀ ਕਿਵੇਂ ਚੂਚੀ 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 ਹਾਂ, ਕਹਿੰਦੇ ਬੱਬੂ ਨੀ ਆਈ, ਬੱਬੂ ਨੇ ਤਾਂ ਹੋਣੀ ਆਉਣਾ ਸੀ, ਫਿਰ ਤਾਂ ਬੱਬੂ ਦਾ ਵਿਆਹ ਹੋ ਜਾਣਾ ਸੀਗਾ, ਪਰ ਬੱਬੂ ਕਿੱਥੇ, ਬੱਬੂ ਹੋਣੀ ਕਿੱਥੇ ਆਉਂਦੇ ਆ, ਚੱਲ ਮਾਸੀ ਘਰੇ ਰਹਿ ਪੈਂਦੀ ਨਾਲੇ ਦਵਿੰਦਰ ਨੂੰ ਲਿਆਉਂਦੇ ਨਾਲੇ ਬੱਬੂ ਨੂੰ ਨਾਲੇ ਤਾਜ ਵਤਨ ਨੂੰ, ਭਾਬੀ ਆ ਦੀ ਮਾਸੀ ਨੂੰ ਕਹਿੰਦੇ ਤੇ ਬੇਇੱਜ਼ਤੀ ਹੋ ਗਈ, ਨਹੀਂ ਵੀ ਚੱਲ ਉਹ ਤਾਂ ਆਂਦੇ ਸੀ ਸਾਰੇ ਆਉਂਦੇ ਨਾ, ਉਹ ਕਹਿੰਦੇ ਭਾਬੀ ਨੂੰ ਲਿਆ ਕਰੋ, ਕਹਿੰਦੇ ਫਿਰ ਉਹਨੂੰ ਭਾਬੀ ਹੋ ਜਾਂਦੇ ਫਿਰ ਸਾਨੂੰ ਬੁਲਾਇਆ ਨਹੀਂ ਕਰਨਾ ਉਹਨੇ, ਕਹਿੰਦੀ ਦਵਿੰਦਰ ਜੋ ਸਾਡੀ ਜਾਣ ਪਛਾਣ ਹੀ ਨਾ ਹੋਈ, ਬੁਲਾਉਣ ਨੂੰ ਲੋਟੀ ਅਸੀਂ ਹੈਗਾ, ਪਰ ਆਏ ਵੀ ਚਲੋ ਕਈ ਵਾਰ ਕੰਮ ਕਾਰ ਹੁੰਦੇ ਇਹੋ ਜਿਹੇ ਹਨਾ ਵੀ ਨਹੀਂ ਆਇਆ ਜਾਂਦਾ, ਪਰ ਜਦੋਂ ਤੱਕ ਆਪਣੇ ਪੋਸੀਬਲ ਹੋਇਆ ਲੈ ਕੇ ਵੀ ਆਇਆ ਕਰਾਂਗੇ, ਏਡਾ ਕੋਈ ਇਸ਼ੂ ਨਹੀਂ ਹੈਗਾ, ਲੋ ਬਈ ਹੁਣ ਆਪਾਂ ਚੱਲਦੇ ਆ ਘਰੇ, ਅਮਨ ਦੇ ਵਿਆਹ ਚ ਸਾਰਿਆਂ ਨੂੰ ਸੋਹੇ ਕਰਾ ਦਾਂਗੇ, ਹੋ ਜਾਣੀ ਹੈ ਉਹਦੇ, ਕਿਉਂ ਰੋਟੀ ਰਾਟੀ ਪਕਾਉਣ, ਮਾਰਨਿੰਗ ਵੀ ਆਉਂਦਾ ਸਾਰੀਆਂ ਬੁੜੀਆਂ, ਈਵਨਿੰਗ ਵੀ ਆਉਂਦੀਆਂ, 4-5 ਦਿਨ ਕੰਮ ਚੱਲੂਗਾ, ਕੰਮ ਚੱਲੂਗਾ ਸਾਰਿਆਂ ਨੂੰ, ਆਪਾਂ ਅੱਜ ਕੇ ਆਏ ਆ ਵੀ ਕਰ ਲੋ ਤਿਆਰੀਆਂ, ਬੱਬੂ ਦਾ ਵਿਆਹ ਤਾਂ ਬਸ ਆ ਗਿਆ, ਡੀਕਾ ਸਾਰਿਆਂ ਨੂੰ ਹੋਊਗਾ ਬੰਦਾ, ਮਹਿਫਲ ਮਿੱਤਰਾਂ ਦੀ ਲੱਗਦੀ ਰੋਤ ਚੁੱਲੇ ਕੋਲੇ, ਚੌਂਦਰੇ ਚ ਬੱਬੂ ਦਾ ਜੂੜਾ ਖੁੱਲ ਗਿਆ, ਧਮਕ ਪੈ ਕੇ ਮੇਰੇ ਗਾਣੇ ਦੀ, ਬਈ ਅੱਜ ਫੇਰ ਆਪਾਂ ਬਣਾਉਣ ਲੱਗੇ ਆ ਸ਼ਾਹੀ ਤੇ ਸ਼ਾਹੀ ਪਨੀਰ, ਨੋ 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 ਸੋਰੀ 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 ਸੋਰੀ, ਚੀਜ਼ ਚਿੱਲੀ ਬਣਾਉਣ ਲੱਗੇ ਆਪਾਂ, ਸ਼ਾਹੀ ਪਨੀਰ ਬਣਾਉਣਾ ਸੀ ਹੈ ਮੰਮਾ ਕਿਸੇ ਦਿਨ, ਸ਼ਾਹੀ ਪਨੀਰ ਲੈ ਲਓ ਬਸ ਜਲਦੀ, ਹਾਂਜੀ ਤੇ ਬਲਪ੍ਰੀਤ ਆਪਣੇ ਵਾਸਤੇ ਲੈ ਕੇ ਆਇਆ ਸੀ ਛੱਲੀਆਂ, ਹੋ ਪਈ ਹੈ ਛੱਲੀ, ਮੰਮੀ ਭੁੰਨੀ ਬੈਠੀ ਤੇ ਆਪਾਂ ਖਾਂਦੇ ਆ ਹੁਣ, ਤੇ ਤੁਸੀਂ ਪਲੀਜ਼ ਤਾਜ ਵਤਨ ਨੂੰ ਚੱਕਣ ਦੀ ਕਿਰਪਾਲਤਾ ਕਰ ਲਓਗੇ, ਬੈਠੀ ਦੇਖੀ ਖਾਣਾ ਨੀ ਧਿਆਨ ਆ, ਕਰਨ ਕੁਰਨ ਨੀ ਤਾਂ ਸਾਡਾ ਘੱਟ ਧਿਆਨ ਹੁੰਦਾ, ਫੜੀ ਬਾਬੂ ਫੜੀ ਫੜੀ ਚੱਕੀ ਚੱਕੀ, ਏ ਹੁਣ ਦਿਖਾ ਤਾਜ ਵਤਨ, ਕੋਚੂ ਕੋਚੂ ਇਹ ਕਿਵੇਂ ਸਾਈਲੈਂਟ ਤੇ ਲੱਗ ਗਈ ਹੈਂ, ਲੈ ਆਮੀ ਮੈਨੂੰ ਫੜਾ ਛੱਲੀ ਖਾ ਕੇ, ਚਿੱਥ ਕੇ ਖਾਵਾਂਗੇ ਟੈਂਸ਼ਨ ਕਰ ਲੈਂਦੀ ਆ, ਕੁਛ ਨੀ ਹੁੰਦਾ ਆਂਟੀ ਮੈਨੂੰ ਪੱਕੀ ਵਧੀਆ ਲੱਗਦੀ ਆ, ਨਾਲੇ ਆਂਟੀ ਨੇ ਆਪ ਚਾਰ ਦਾਣੇ, ਮੰਮੀ ਸਵੀਟ ਕੋਰਨ ਇਹਨਾਂ ਦੇ ਨੀ ਬਣਦੇ, ਉਹ ਛੱਲੀਆਂ ਹੀ ਅੱਡ ਹੁੰਦੀਆਂ, ਫੋਕਸ ਨਹੀਂ ਹੋ ਰਿਹਾ, ਹਾਂ ਮੰਮੀ ਅਸੀਂ 27 ਤਰੀਕ ਨੂੰ ਫੇਰ ਸ਼ੁਕਰਾਨਾ ਮੂਵੀ ਆ ਗਈ ਨਾ, ਉਹ ਦੇਖਣ ਜਾਵਾਂਗੇ, ਆਂਟੀ ਇਹ ਨੀ ਬਣਦੀ ਪਰ ਉਹ ਜਿਹੜੀ ਸਵੀਟ ਕੋਰਨ ਹੁੰਦੀ ਜਿਹੜੀ ਆਪਾਂ ਨੂੰ
ਮੰਮੀ ਤੂੰ ਮੁੱਲ ਦੀ ਖਾਧੀ ਨੀ, ਅਸੀਂ ਖਾਂਦੀਆਂ ਮੋਲ ਚ ਉਹੀ ਹੁੰਦੀ ਆ ਜਿਹੜੀ ਆਪਾਂ ਵਾਲ ਕੇ ਖਾਧੀ ਸੀਗੀ, ਇਹਨੂੰ ਪਤਾ ਨਾਲੇ ਤਾਜ਼ਾ, ਤੈਨੂੰ ਸਾਰੀ ਗੱਲ ਪਤਾ, ਤੇ ਜਾਗਦੀਆਂ ਉੱਠ ਕੇ ਜੇ। ਚਲੋ ਬਾਈ ਚੀਜ਼ ਚਲੀ ਜਦੋਂ ਬਣ ਗਈ ਨਾ ਉਦੋਂ ਤੁਹਾਨੂੰ ਮੈਂ ਦਿਖਾਉਂਗੀ ਰੰਗ ਉਹਨੇ ਕਰਾਪਾ ਛੱਲ। ਉਦਣ ਆਹ ਕੰਮ ਮੈਂ ਕੀਤਾ ਸੀਗਾ, ਅੱਜ ਵੀਰਪਾਲ ਨੇ ਕੀਤਾ ਹੈ। ਇੱਕ ਚੀਜ਼ ਚਿੱਲੀ ਤੇ ਸ਼ਾਹੀ ਪਨੀਰ ਮੈਨੂੰ ਬਾਹਰੋਂ ਵਧੀਆ ਘੱਟ ਲੱਗਦਾ ਜਿੰਨਾ ਘਰੇ ਵਧੀਆ ਲੱਗਦਾ, ਬਾਹਰ ਜਾਂਦੇ ਪਤਾ ਕੀ ਹੁੰਦਾ ਮਿੱਠਾ ਵਾਲਾ ਹੁੰਦਾ ਬਾਹਰ। ਹਾਂ ਤੇ ਚੀਜ਼ ਚਿੱਲੀ ਦੇ ਗੰਡੇ ਜਿਹੜੇ ਹੁੰਦੇ ਬਾਲੇ ਵੱਡੇ ਵੱਡੇ ਹੁੰਦੇ ਮੈਨੂੰ ਘਰ ਨਹੀਂ, ਉਹ ਵੀ ਵਧੀਆ ਲੱਗਦੀ ਹੁੰਦੀ ਚੀਜ਼ ਚਿੱਲੀ, ਸ਼ਾਹੀ ਪਨੀਰ ਨਹੀਂ ਬਾਹਰ ਨਾ ਪਸੰਦ। ਅੰਦਰ ਮੈਨੂੰ ਚਿਕਨ ਚਿੱਲੀ ਵਧੀਆ ਲੱਗਦੀ ਚੀਜ਼ ਚਿੱਲੀ ਨਾਲ, ਬਾਹਰਲੀ ਚੀਜ਼ ਘਰੇ ਤਾਂ ਜੀ ਜੇ ਚਿਕਨ ਚਿੱਲੀ ਬਣਾਈ ਨਹੀਂ। ਚਿਕਨ ਚਿੱਲੀ, ਚਿਕਨ ਚਿੱਲੀ ਰੰਗ ਰੰਗ ਬਹੁਤ ਘੈਂਟ ਬਾਈ, ਰੈਸਪੀ ਵੀ ਪਾਈ ਵੀ ਆਪਣੇ ਯੂਟਿਊਬ ਚੈਨਲ ਤੇ, ਜੇ ਕਿਸੇ ਨੇ ਦੇਖਣੀ ਤਾਂ ਦੇਖ ਲਿਓ। ਅੱਜ ਕੱਲ੍ਹ ਤੈਨੂੰ ਦਾ ਪੁੱਤ ਕੁਛ ਨਹੀਂ ਮਿਲਣਾ, ਚਾਹੇ ਚੀਜ਼ ਚਿੱਲੀ ਹੋ ਜਾਵੇ ਤੇ ਚਾਹੇ ਹੋ ਜਾਵੇ ਸ਼ਾਹੀ ਪਨੀਰ, ਤਾਂ ਜਦੋਂ ਔਖੀ ਹੋਈ ਜਾਂਦੀ ਆ। ਹਾਂਜੀ ਤੇ ਆਪਾਂ ਰੋਟੀ ਪਾਣੀ ਖਾ ਕੇ ਹੋ ਗਏ ਫ੍ਰੀ, ਤੇ ਜਿੱਦਾਂ ਤੁਸੀਂ ਦੇਖਿਆ ਸੀ ਵੀ ਆਪਾਂ ਬਣਾਈ ਸੀ ਚੀਜ਼ ਚਿੱਲੀ ਤੇ ਮਜ਼ਾ ਹੀ ਆ ਗਿਆ ਸੀ ਰੋਟੀ ਖਾਣ ਦਾ। ਅਤੇ ਮੋਰਨਿੰਗ ਦਾ ਰੂਟੀਨ ਕੁਛ ਕਿੱਦਾਂ ਸੀਗਾ ਵੀ ਪਹਿਲਾਂ ਘਰੇ ਗਏ ਕੰਮ ਕਾਰ ਨਿਬੇੜਿਆ, ਫਿਰ ਆਪਾਂ ਨੇਮੋ ਬੰਨਣ ਗਏ, ਉੱਥੇ ਥੋੜ੍ਹੀ ਬਹੁਤ ਕਲਿੱਪ ਸ਼ੂਟ ਕੀਤੀ ਸੀ ਮੈਂ, ਕੋਈ ਜ਼ਿਆਦਾ ਵਲੋਗ ਨਹੀਂ ਬਣਾਇਆ। ਜਿਹੜਾ ਆਪਾਂ ਘਰੇ ਆ ਕੇ ਵਲੋਗ ਸ਼ੂਟ ਕੀਤਾ ਸੀ ਉਹ ਤੁਸੀਂ ਸਾਰਾ ਇਹ ਤੋਂ ਪਹਿਲਾਂ ਦੇਖਿਆ ਹੀ ਹੋਣਾ। ਜਿਹੜੀ ਕਲਿੱਪ ਵਧੀਆ ਲੱਗੀ ਕਮੈਂਟ ਜ਼ਰੂਰ ਕਰਕੇ ਦੱਸਿਓ, ਉਹ ਫਿਰ ਤੁਹਾਨੂੰ ਅੱਜ ਦਾ ਵਲੋਗ ਵਧੀਆ ਲੱਗਿਆ ਹੋਊ। ਜੇ ਵਲੋਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਨਵੀਂ ਨਵੀਂ ਵੀਡੀਓਜ਼ ਦੇਖਣ ਲਈ ਬੈਲ ਆਈਕਨ ਨੂੰ ਕਰ ਲਓ ਪ੍ਰੈਸ। ਚਲਦਨ ਬਾਏ, ਟੇਕ ਕੇਅਰ, ਗੁੱਡ ਨਾਈਟ, ਗੁੱਡ ਨਾਈਟ, ਗੁੱਡ ਨਾਈਟ।